ਜੇਕਰ ਇੱਕ ਬੰਦਾ ਜਿਹੜਾ ਹੈ ਸੋਸਾਇਟੀ ਲਈ ਚਾਰ ਗਾਣੇ ਵਧੀਆ ਕੱਢਦਾ, ਇੱਕ ਗਾਣਾ ਜੇ ਉਹਨੇ ਗਨ ਕਲਚਰ ਦੇ ਉੱਤੇ ਕਰ ਵੀ ਦਿੱਤਾ ਤਾਂ ਅਸੀਂ ਉਹਨੂੰ ਇੰਨਾ ਹਾਈਲਾਈਟ ਕਿਉਂ ਕਰ ਰਹੇ ਹਾਂ? ਮਤਲਬ ਤੁਸੀਂ ਤਾਂ ਇਹ ਕਹਿੰਦੇ ਪਏ ਹੋ ਕਿ 100 ਜਹਾਜ਼ ਰੋਜ਼ ਉੱਡਣ ਤੇ 2 ਜਹਾਜ਼ ਡਿੱਗ ਵੀ ਪੈਣ, ਕਈ ਪਰਿਵਾਰ ਮਰ ਜਾਣ, ਕੋਈ ਫਰਕ ਨਹੀਂ ਪੈਂਦਾ? ਬੰਦੇ ਨੇ ਇੱਕ ਗਾਣਾ ਕੱਢਤਾ ਜਿਹਦੇ ਵਿੱਚ ਗਨ ਕਲਚਰ ਉਹਨੇ ਪ੍ਰਮੋਟ ਕਰਤੀ ਜੀ, ਪਰ ਉਸ ਬੰਦੇ ਨੇ ਜਦੋਂ ਚਾਰ ਕੰਮ ਵਧੀਆ ਕੀਤੇ, ਚਾਰ ਗਾਣੇ ਵਧੀਆ ਕੀਤੇ, ਕਿਸਾਨੀ ਅੰਦੋਲਨ ਦੇ, ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਮੁੱਦੇ ਵੀ ਚੱਕੇ ਜੀ, ਸੋ ਅਸੀਂ ਉਸ ਬੰਦੇ ਨੂੰ ਉਸ ਵੇਲੇ ਐਪਰੀਸ਼ੀਏਟ ਕਿਉਂ ਨਹੀਂ ਕਰਦੇ? ਤਸਕਰ ਜੀ, ਤੁਹਾਡੇ ਵੱਲੋਂ ਚੁੱਕਿਆ ਗਿਆ ਮੁੱਦਾ ਪੰਜਾਬ ਦੇ ਵਿੱਚ ਹੁਣ ਕਾਫੀ ਭੱਖ ਗਿਆ ਹੈ। ਸ਼੍ਰੀ ਬਰਾੜ ਦੇ ਉੱਤੇ ਤੁਸੀਂ ਇੱਕ ਗਾਣਾ ਕੀਤਾ ਗਿਆ ਤਸਕਰ, ਜਿੱਥੇ ਤੁਸੀਂ ਸਵਾਲ ਚੁੱਕਿਆ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਤੇ ਉੱਥੇ ਹੁਣ ਕੱਲ ਸ਼੍ਰੀ ਬਰਾੜ ਲਾਈਵ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ, ਲਗਾਤਾਰ ਮੈਂ ਜਦੋਂ ਕਿਸਾਨ ਐਂਥਮ ਗਾਣਾ ਕੀਤਾ ਮੇਰੇ ਤੇ ਜਿਹੜਾ ਹੈ ਸਰਕਾਰਾਂ ਦਬਾਵ ਪਾ ਰਹੀਆਂ ਨੇ, ਸਰਕਾਰਾਂ ਵੱਲੋਂ ਮੇਰੇ ਤੇ ਪਰਚੇ ਕਰਵਾਏ ਗਏ, ਮੇਰੇ ਜਾਨ ਨੂੰ ਖਤਰਾ, ਮੈਂ ਕਾਫੀ ਡਿਪਰੈਸਡ ਹਾਂ ਤੇ ਹੁਣ ਇੱਕ ਵਕੀਲ ਵੱਲੋਂ ਮੇਰੇ ਤੇ ਕੇਸ ਪਾ ਦਿੱਤਾ ਗਿਆ, ਕਿਵੇਂ ਦੇਖਦੇ ਹੋ ਸ਼੍ਰੀ ਬਰਾੜ ਵੱਲੋਂ ਦਿੱਤੀ ਗਈ ਦਲੀਲ? ਪਹਿਲੀ ਗੱਲ ਤੇ ਮੈਂ ਕਹੂੰਗਾ ਕਿ ਉਹਨੇ ਬੜਾ ਵਧੀਆ ਉਹ ਐਂਥਮ ਬਣਾਇਆ ਸੀ ਜੀ, ਉਹ ਆਪਾਂ ਨੂੰ ਵੀ ਬੜਾ ਸਰਾਹਿਆ, ਆਪਾਂ ਉਹਨੂੰ ਦੇਖਿਆ, ਵੰਡਿਆ, ਸਭ ਕੁਝ ਕੀਤਾ। ਜਿਹੜਾ ਉਦੋਂ ਇਹਦੇ 'ਤੇ ਐਕਸ਼ਨ ਹੋਇਆ ਸੀ ਕਿ ਜਾਨ ਕਰਕੇ ਗਾਣਾ ਸੀ ਜਿਹਦੇ ਵਿੱਚ ਉਹ ਥਾਣੇ 'ਚ ਜਾ ਕੇ ਉਹਨੂੰ ਗੋਲੀਆਂ ਮਾਰਦੇ ਨੇ ਅਤੇ ਆਪਣਾ ਬੰਦਾ ਛੁਡਾ ਕੇ ਅਤੇ SHO ਜਾਂ ਪੁਲਿਸ ਵਾਲੇ ਦੀ ਬੇਇੱਜ਼ਤੀ ਕਰਦੇ ਹੋਏ ਲੈ ਕੇ ਆਉਂਦੇ ਨੇ, ਉਹਦੇ ਕਰਕੇ FIR ਹੋਈ ਸੀ। ਔਰ ਉਸ FIR 'ਚ ਜ਼ਮਾਨਤ ਕਿਸ ਕੰਡੀਸ਼ਨ 'ਤੇ ਮਿਲੀ ਸੀ ਮੈਂ ਵੀ ਦੱਸ ਦਿੰਦਾ, ਪਟਿਆਲੇ ਦਾ ਕੇਸ ਹੈ, ਔਰ ਉਹਦੇ ਵਿੱਚ ਇਸ ਕੰਡੀਸ਼ਨ 'ਤੇ ਜ਼ਮਾਨਤ ਮਿਲੀ ਸੀ, ਔਰ ਉਹਦੇ ਵਿੱਚ ਐਫੀਡੈਵਿਟ ਇਹਦਾ ਸਟੇਟਮੈਂਟ ਐਫੀਡੈਵਿਟ ਹੈਗਾ ਕਿ ਮੈਂ ਕਿਸੇ ਕਿਸਮ ਦਾ ਡਰੱਗਸ, ਗਾਨੀ ਜਾਂ ਇਸ ਤਰ੍ਹਾਂ ਦੇ ਕਲਚਰ ਦਾ ਅੱਗੋਂ ਨਹੀਂ ਵਰਤਾਂਗਾ। ਉਹ ਵੀ ਮੈਂ ਦੱਸ ਦਿੰਦਾ ਕਿ ਉਹਦੇ 'ਤੇ ਕੰਟੈਂਪਟ ਆਫ ਕੋਰਟ ਵੀ ਫਾਈਲ ਕੀਤੀ ਜਾਏਗੀ ਕਿਉਂਕਿ ਇਹਨੇ ਵਾਅਦਾ ਖਿਲਾਫੀ ਕੀਤੀ ਮਾਨਯੋਗ ਅਦਾਲਤ ਨਾਲ ਅਤੇ ਉਹਦੀ ਇਨਸਲਟ ਕੀਤੀ ਹੈ। ਇਹ ਇੱਕ ਵੱਖਰਾ ਚੈਪਟਰ ਹੈ। ਸੋ ਆਪਾਂ ਮਤਲਬ ਇਹ ਨਾ ਸੋਚੀਏ ਕਿ ਆਪਾਂ ਕੁਛ ਵੀ ਕਰ ਦਾਂਗੇ, ਦੋ ਕੰਮ ਚੰਗੇ ਕਰਕੇ ਅਤੇ ਉਹਦੇ ਵਿੱਚ ਉਹਦੀ ਆੜ ਵਿੱਚ 50 ਕੰਮ ਮਾੜੇ ਕਰ ਲਾਂਗੇ। ਮੈਂ ਅੱਜ ਜਨਤਾ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ, ਜੇ ਮੇਰੀ ਜਨਤਾ ਨੂੰ ਇਹ ਲੱਗਦਾ ਹੈ ਕਿ ਇਹ ਤਸਕਰ ਗਾਣਾ ਠੀਕ ਹੈ, ਵੋਟਿੰਗ ਕਰ ਲਓ, ਮੈਂ ਕੰਪਲੇਂਟ ਵਾਪਸ ਲੈ ਲੈਂਦਾ। ਜੇ ਕਹਿੰਦੇ ਹੋ ਕਿ ਵਾਕਈ ਇਹ ਗਾਣਾ ਗਲਤ ਹੈ ਤਾਂ ਫਿਰ ਇਹਨੂੰ ਚੱਲਣ ਦਿਓ। ਇਹਦੇ ਵਾਸਤੇ ਇੱਕੋ ਹੀ ਹੱਲ ਹੈ, ਜਾਂ ਤਾਂ ਸ਼੍ਰੀ ਬਰਾੜ ਗਾਣਾ ਵਾਪਸ ਲੈ ਲਵੇ, ਮਾਫ਼ੀ ਮੰਗ ਲਵੇ ਪਬਲਿਕ ਕੋਲੋਂ, ਔਰ ਜਿੰਨਾ ਪੈਸਾ ਉਹਦੇ ਤੋਂ ਕਮਾਇਆ, ਜਿੰਨੀਆਂ ਵੀ ਗਰੀਬ ਸੰਸਥਾਵਾਂ ਨੇ, ਕੋਈ ਗਊਸ਼ਾਲਾ ਹੋ ਸਕਦੀ ਹੈ, ਕੋਈ ਅੰਧ ਵਿਦਿਆਲੇ ਹੋ ਸਕਦਾ ਹੈ, ਕੋਈ ਲੀਗਲ ਸਰਵਿਸ ਅਥਾਰਟੀ ਹੋ ਸਕਦੀ ਹੈ, ਉੱਥੇ ਉਹ ਪੈਸਾ ਜਮ੍ਹਾਂ ਕਰਾ ਦੇ। ਮਤਲਬ ਜੀ, ਤੁਹਾਤੋਂ ਇੱਕ ਸਵਾਲ ਮੈਂ ਹੋਰ ਲੈਣਾ ਚਾਹੂੰਗਾ ਕਿ ਤੁਸੀਂ ਕਿਹਾ ਕਿ ਦੋ ਮਤਲਬ ਵਧੀਆ ਕੰਮ ਕਰਕੇ ਇੱਕ ਤੁਸੀਂ 50 ਬੁਰੇ ਕੰਮ ਨਹੀਂ ਕਰੋਗੇ। ਸੋ ਜੇ ਮੈਂ ਉੱਥੇ ਹੀ ਗੱਲ ਕਰਾਂ ਕਿ ਸ਼੍ਰੀ ਬਰਾੜ ਵੱਲੋਂ ਜਿਹੜਾ ਹੈ ਕਿਸਾਨ ਐਂਥਮ ਜਿਹੜਾ ਕੱਢਿਆ ਗਿਆ ਸੀ ਕਿਸਾਨੀ ਅੰਦੋਲਨ ਦੇ ਸਮੇਂ, ਕਾਫੀ ਮਤਲਬ ਉਹਨੇ ਹਾਈਪ ਕ੍ਰੀਏਟ ਕੀਤੀ, ਪੰਜਾਬ ਦੀ ਆਡੀਅੰਸ ਜਿਹੜੀ ਸੀਗੀ, ਪੰਜਾਬ ਦੇ ਨੌਜਵਾਨਾਂ ਨੂੰ ਉਹਨੇ ਬੂਸਟ ਅਪ ਦਿੱਤਾ ਕਿ ਅੰਦੋਲਨ ਦੇ ਵਿੱਚ ਚੜ੍ਹ ਕੇ ਹਿੱਸਾ ਲਿਆ ਉਹਨਾਂ ਨੇ, ਬਿਲਕੁਲ ਠੀਕ। ਉਸ ਤੋਂ ਬਾਅਦ ਹੁਣ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਮੋਹਾਲੀ ਦੇ ਵਿੱਚ, ਇੱਕ ਮੋਰਚਾ ਲੱਗਾ ਹੋਇਆ ਪੱਕਾ, ਉਸ ਦੇ ਲਈ ਵੀ ਉਹਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਗਾਣੇ ਕੱਢੇ। ਪਰ ਜੇਕਰ ਇੱਕ ਬੰਦਾ ਜਿਹੜਾ ਹੈ ਸੋਸਾਇਟੀ ਲਈ ਚਾਰ ਗਾਣੇ ਵਧੀਆ ਕੱਢਦਾ, ਇੱਕ ਗਾਣਾ ਜੇ ਉਹਨੇ ਗਨ ਕਲਚਰ ਦੇ ਉੱਤੇ ਕਰ ਵੀ ਦਿੱਤਾ ਤਾਂ ਅਸੀਂ ਉਹਨੂੰ ਇੰਨਾ ਹਾਈਲਾਈਟ ਕਿਉਂ ਕਰ ਰਹੇ ਹਾਂ? ਮਤਲਬ ਤੁਸੀਂ ਤਾਂ ਇਹ ਕਹਿੰਦੇ ਪਏ ਹੋ ਕਿ 100 ਜਹਾਜ਼ ਰੋਜ਼ ਉੱਡਣ ਅਤੇ 2 ਜਹਾਜ਼ ਡਿੱਗ ਵੀ ਪੈਣ, ਕਈ ਪਰਿਵਾਰ ਮਰ ਜਾਣ, ਕੋਈ ਫਰਕ ਨਹੀਂ ਪੈਂਦਾ? ਨਹੀਂ ਨਹੀਂ, ਇੱਕੋ ਜਵਾਬ ਦਿਓ ਪਹਿਲਾਂ ਮੇਰੀ, ਹਾਂ ਮੇਰੀ ਗੱਲ ਦਾ ਜਵਾਬ ਦਿਓ, ਇਹਦਾ ਮਤਲਬ ਅਸੀਂ ਸਾਡੀ ਟੋਲਰੈਂਸ ਲੈਵਲ ਕੀ ਹੈ? ਨਹੀਂ ਮਲਨ ਜੀ, ਦੇਖੋ ਆਪਾਂ ਅੱਜ ਜੇ ਉਸ ਬੰਦੇ ਨੇ ਇੱਕ ਗਲਤ ਗਾਣਾ ਕੱਢਤਾ ਗਨ ਕਲਚਰ ਨੂੰ ਲੈ ਕੇ, ਕੱਢਿਆ ਕਦੋਂ? ਜਦੋਂ ਉਸ ਤੋਂ ਪਹਿਲਾਂ ਉਸੇ ਗੱਲ ਬਾਰੇ ਉਹ ਅੰਡਰਟੇਕਿੰਗ ਦੇ ਚੁੱਕਾ, ਉਹ ਵੀ ਅਦਾਲਤ 'ਚ। ਹਾਂ, ਮੈਂ ਉਸ ਸਵਾਲ 'ਤੇ ਵੀ ਆਉਂਦਾ ਕਿ ਜਦੋਂ ਜੇ ਉਸ ਬੰਦੇ ਨੇ ਇੱਕ ਗਾਣਾ ਕੱਢਤਾ ਜਿਹਦੇ ਵਿੱਚ ਗਨ ਕਲਚਰ ਉਹਨੇ ਪ੍ਰਮੋਟ ਕਰਤੀ ਜੀ, ਪਰ ਉਸ ਬੰਦੇ ਨੇ ਜਦੋਂ ਚਾਰ ਕੰਮ ਵਧੀਆ ਕੀਤੇ, ਚਾਰ ਗਾਣੇ ਵਧੀਆ ਕੀਤੇ, ਕਿਸਾਨੀ ਅੰਦੋਲਨ ਦੇ, ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਮੁੱਦੇ ਵੀ ਚੱਕੇ ਜੀ, ਸੋ ਅਸੀਂ ਉਸ ਬੰਦੇ ਨੂੰ ਉਸ ਵੇਲੇ ਐਪਰੀਸ਼ੀਏਟ ਕਿਉਂ ਨਹੀਂ ਕਰਦੇ? ਕਰਦੇ, ਕੇਸ ਹੋਇਆ, ਬਿਲਕੁਲ ਠੀਕ ਹੈ, ਕੇਸ ਹੋਇਆ ਜਾਨ ਗਾਣੇ 'ਤੇ, ਨਾ 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 ਗਲਤ ਨਾ ਜੋੜੋ, ਆਪਾਂ ਮੀਡੀਆ ਵਾਂ ਤੇ ਮੀਡੀਆ ਸਹੀ ਸੂਚਨਾ ਦੇਵੇ ਪਬਲਿਕ ਨੂੰ, ਉਹ ਕਿਸਾਨ ਅੰਦੋਲਨ ਦੇ ਗਾਣੇ ਕਰਕੇ ਜਾਂ ਉਹਦੇ ਕਰਕੇ ਕੋਈ ਨਹੀਂ ਉਹਨੂੰ ਫਰਕ ਪਿਆ, ਉਹ ਜਿਹੜਾ ਜਾਨ ਗਾਣਾ ਕੱਢਿਆ ਸੀ ਉਹਦੇ ਕਰਕੇ ਉਹਦੇ 'ਤੇ FIR ਹੋਈ, ਜਿਹਦੇ ਵਿੱਚ ਉਹਨੇ ਪੁਲਿਸ ਨੂੰ ਨਾਕਾਮਯਾਬ ਦੱਸਿਆ, ਔਰ ਜਿਹਦੇ ਵਿੱਚ ਉਹਨੇ ਹਵਾਲਾਤ ਦੇ ਉੱਥੇ ਗੋਲੀ ਮਾਰ ਕੇ ਆਪਣੇ ਬੰਦੇ ਕਢਾ ਕੇ ਖੜੇ, ਜਾਂ ਜੋ ਵੀ ਉਹਨੇ ਉਹ ਆਪਣੇ ਆਪ ਨੂੰ ਪੋਰਟਰੇ ਕੀਤਾ ਉਹਨੇ ਜਾਂ ਉਹਦੇ ਗਾਣੇ ਨੇ, ਠੀਕ ਹੈ, ਉਸ ਪੋਰਟਰੇ ਕਰਕੇ ਹੁਣ ਤਾਂ ਪੰਜਾਬ ਸਰਕਾਰ ਨੇ ਲਿਖਤੀ ਆਰਡਰ ਕੱਢਦੇ ਨੇ ਕਿ ਕੋਈ ਵੀ ਗਾਣਾ, ਕੋਈ ਉਹਦੇ ਵਿੱਚ ਨਾ ਨਿਊਡਿਜ਼ਮ ਹੋਵੇ, ਨਾ ਉਹਦੇ 'ਚ ਗਨ ਕਲਚਰ ਹੋਵੇ, ਨਾ ਉਹਦੇ 'ਚ ਡਰੱਗਸ ਹੋਣ, ਅਤੇ ਨਾ ਹੀ ਕਿਸੇ ਧਰਮ, ਕਿਸੇ ਜਾਤੀ, ਕਿਸੇ ਵਿਸ਼ੇਸ਼ ਕਮਿਊਨਿਟੀ ਬਾਰੇ ਕੋਈ ਟਿੱਪਣੀ ਕੀਤੀ ਜਾਵੇ, ਇਹ ਸ਼ਰੇਆਮ ਹੈ। 2017 'ਚ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਸਟੈਂਡਿੰਗ ਆਰਡਰ ਕੱਢੇ ਹੋਏ ਨੇ ਜਿਹਦੀ ਵੀ ਵਾਅਦਾ ਖਿਲਾਫੀ ਅੱਜ ਤੱਕ ਚੱਲਦੀ ਪਈ ਹੈ, ਔਰ ਹੁਣ ਪੰਜਾਬ ਸਰਕਾਰ ਨੇ ਆ ਕੇ ਲਿਖਤੀ ਕੱਢਿਆ। ਮੈਂ ਤਾਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਅਤੇ ਸੈਂਸਰ ਬੋਰਡ ਬਣਾਓ, ਆਪਾਂ ਜੋ ਬਾਅਦ 'ਚੋਂ ਜੋ ਲੜਦੇ ਪਏ ਹਾਂ, ਸੈਂਸਰ ਬੋਰਡ ਬਣਾਓ, ਵੀ ਤੁਸੀਂ ਗਾਣਾ ਕੱਢੋ, ਫਿਲਮ ਕੱਢੋ, ਕੁਛ ਵੀ ਕੱਢੋ,
ਉਹਨੂੰ ਪਹਿਲਾਂ ਪੰਜਾਬ ਮੈਂ ਤਾਂ ਇੱਥੇ ਤੱਕ ਅਪੀਲ ਕਰਦਾ ਪਿਆ ਉਹਦੀ ਤਿਆਰੀ ਕਰ ਰਿਹਾ ਆ ਜਿੰਨੇ ਵੀ ਵੈਬ ਸੀਰੀਜ਼ ਚੱਲਦੀਆਂ ਪਈਆਂ ਮੈਨੂੰ ਹੁਣ ਇਹਦੇ ਦੋ ਤਿੰਨ ਦਿਨਾਂ ਦੇ ਦੌਰਾਨ ਪਤਾ ਲੱਗਾ ਕਿ ਉਹਦੇ ਵਿੱਚ ਇੱਕ ਮਿਰਜ਼ਾਪੁਰ ਹੈ ਕੋਈ ਹੋਰ ਵੀ ਹੈ ਗੰਦਗੀ ਹੈ ਅਤੇ ਅਸੀਂ ਪੰਜਾਬ 'ਚ ਇਹੋ ਜਿਹੇ ਚੈਨਲ